सत श्रीकाल जी, की हाल चाल? उम्मीद है सारे ठीक ठाक होवोगे। तो पिछली वारी जो मैं आया पिंड, तो मैं तुहानू कराया ही ऐस घर दा होम टूर। तो एक भाभी मेरी नाराज़ हो गई, वो कहिंदी तू साडे घर दा होम टूर नहीं वीडियो नहीं बनाई, तो ये भी बनाउणी। ऐरका मैं आया, मैं चल ठीक है, अज ऐरका ये भी बना दिंदे आ, तो आ जाओ नाले वेखदे आ, नाले तुहानू दिखाउणे आ। इतों स्टार्ट हो जाता ये मेन गेट, तो इतों करके एंट्री, आया ड्राइंग रूम, तो इधरों की लंघ के आ गई लोबी। इधर सुती स्टैफी, की नाम है सच, डेजी, डेजी डेजी आ गई है। तो इधर आ गए वाशरूम, आ शीशे च मैं, एक आ रूम, आ दो मस्टंडे पे बदमाश टैटू वहा गए होने होंगी खुरक दिखा कितने वाया टैटू आखने बह कि भरी है, ताजा ताजा ही होया, अजे पुठे काम करता है, किलो च बनया एदा रूम है ना, एदा रूम बदमाश का। किलविश का रूम है। सत श्रीकाल बड़ा, सत श्रीकाल जी। डेढ़ बज गया, अजे तक रजाई चो नहीं निकलिया। रणबीर, अरमान, डेजी 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 दंद बड़े कटन डी है, पता नहीं पाई ना जाए कि वो आँधी मेरी वीडियो ना बना, मैंने शर्म आती। आ गया किचन, इधर जी बाबा जी का रूम, वाहेगुरु वाहेगुरु, ये थोड़ा चिर होया जे तैयार कराया है ना भाभी। आ देवियां बैठिया, इन्हां नाल करवाउणा तुहाडी मैं गलबात बाद च। ते एक बैडरूम आ, ये चो बैड कढ़े जो पाठ कराया सीगा, ते उदों दे बैड कढ़े इहदे चो। एक बैडरूम आ, ये भी इदा बैडरूम आ, पर इहदे च स्टोर का काम भी लिया जाता, वेखो ये पूरा तनिया ये सारे काम दे जाता। आ साडी बीबी जिहड़ी हुण इह दुनिया तो जा चुकी आ, वेखंडी इधर
ਆ ਸਾਡੇ ਫੌਜੀ ਸਾਹਿਬ ਤੇ ਆ ਫੌਜਣ ਬੋਲੋ ਸਤਿ ਸ਼੍ਰੀ ਅਕਾਲ ਜੀ ਸੁਣਾਓ ਹਾਲ ਚਾਲ ਵਧੀਆ ਤੁਸੀਂ ਸੁਣਾਓ ਇਹ ਭਾਬੀ ਪਿਛਲੀ ਵਾਰੀ ਨਾਰਾਜ਼ ਹੋ ਗਈ ਸੀ ਕਹਿੰਦੀ ਇਹ ਘਰ ਦਾ ਹੋਮ ਟੂਰ ਕਿਉਂ ਨਹੀਂ ਕਰਾਇਆ ਤੇ ਮੈਂ ਚੱਲ ਐਰਕਾਂ ਕਰਾ ਦਿੰਦੇ ਹਾਂ ਭਾਂਡੇ ਭੁੰਡੇ ਬੜੇ ਖੜਕਣ ਡੇ ਸੀ ਫਿਰ ਸਵੇਰੇ ਤੇ ਫਿਰ ਸਵੇਰੇ ਟਾਈਮ ਨਾਲ ਵਿਹਲੇ ਨੀ ਹੋਏ ਖਲਾਰਾ ਬੜਾ ਸੀ ਉਧਰੋਂ ਮੇਰਾ ਜਾਣ ਦਾ ਟਾਈਮ ਹੋ ਗਿਆ ਇਹ ਕਰਕੇ ਬਣਿਆ ਨੀ ਹੁਣ ਤੇ ਨੀ ਨਾਰਾਜ਼ ਤੁਹਾਨੂੰ ਪਤਾ ਹੀ ਆ ਵੀਡੀਓ ਬੰਦ ਸੀ ਇਹ ਕਰਕੇ ਫਿਰ ਅਸੀਂ ਸੋਚਿਆ ਚੱਲ ਪਿੰਡ ਦਾ ਹੀ ਗੇੜਾ ਲਾ ਆਉਂਦੇ ਤੇ ਪਿੰਡ ਆ ਗਏ ਆਪਾਂ ਹੁਣ ਅੱਜ ਤਿਆਰੀ ਆ ਰਵੀ ਦੀ ਕਿੱਥੇ ਫੋਟੋ ਇੱਕ ਭਲਵਾਨ ਸਾਡਾ ਆ ਵਾ ਇਹ ਗਿਆ ਇੰਗਲੈਂਡ ਤੇ ਵੀਡੀਓ ਇਹਨੇ ਵੇਖਣੀ ਆ ਤੇ ਕਮੈਂਟ ਕਰੀ ਓਏ ਕਿੱਦਾਂ ਮੁਛਣ ਵੱਟ ਦਈ ਜਾਣ ਆ ਫੋਟੋ 'ਚ ਇਹ ਮੁੰਡਾ ਗਿਆ ਯੂਕੇ ਆ ਸਾਰੀ ਪੁਲਿਸ ਪਾਰਟੀ ਤੁਹਾਡੇ ਭਲਵਾਨ ਦੀ ਸੁਣਾਓ ਕੋ ਗੱਲਬਾਤ ਧੁੰਦ ਤੇ ਸਾਨੂੰ ਵੀ ਪਤਾ ਪਈ ਆ ਤੇਰੀ ਇਕੱਲੇ ਦੀ ਪਈ ਆ ਤੇਰੇ ਲਈ ਲੱਗਦਾ ਇਕੱਲੇ ਲਈ ਪਈ ਆ ਹੈ ਛੱਡਦੇ ਰਜਾਈ ਕਿ ਨਹੀਂ ਛੱਡ ਰਹੀ ਹੈ ਰਜਾਈ ਛੱਡ ਕੇ ਕੀ ਕਰਨਾ ਰਜਾਈ ਛੱਡ ਕੇ ਬੜਾ ਕੁ ਹੋ ਜਾਂਦਾ ਸ਼ਕਤੀਮਾਨ ਨੂੰ ਲੱਭ ਜਾ ਕੇ ਸ਼ਕਤੀਮਾਨ ਨੂੰ ਲੱਭ ਉਹਨੂੰ ਦੇ ਕੋਈ ਸਜ਼ਾ ਕੋਈ ਨਵਾਂ ਕੋਈ ਆਵਿਸ਼ਕਾਰ ਕਰ ਆਪਣਾ ਅੰਧੇਰਾ ਕਾਇਮ ਰਹੇ ਹੈ ਕਿਉਂ ਮਾਨੂੰ ਸਹੀ ਗੱਲ ਹੈ ਕਿੱਥੇ ਜਾਣਾ ਰਜਾਈ ਟੁੱਟਦੇ ਆਹ ਰਜਾਈਆਂ ਛੱਡਦੇ ਹੀ ਨਹੀਂ ਇਹਦੇ ਵਿਹਲੇ ਹੈਗੇ ਆ ਕੋਈ ਕੰਮ ਨਹੀਂ ਕਾਰ ਨਹੀਂ ਹੈ ਮਾਨ ਸਵੇਰ ਦਾ ਮਨੇਰ ਦਾ ਉੱਠਿਆ 3 ਵਜੇ ਦਾ ਬਰਬਾਦ ਫੇਰੀ ਨਾ ਗਿਆ ਜਾਂਦਾ ਵਾ ਕੇ ਬਰਬਾਦ ਫੇਰੀ ਤੇ ਜਾਂਦਾ ਨਾ ਮੈਨੂੰ ਨਹੀਂ ਉਹਦਾ ਉੱਠਦਾ ਜ਼ਰੂਰ ਆ ਪਰ ਜਾਣ ਦੀ ਹਿੰਮਤ ਨਹੀਂ ਠੰਡ ਜਦੋਂ ਵੇਖਦਾ ਨਾ ਬਾਹਰ ਠੰਡ ਵਾ ਫੇਰ ਆਉਂਦਾ ਮੈਂ ਨਹੀਂ ਜਾਣਾ ਉੱਦਾਂ ਅਲਾਰਮ ਲਾ ਕੇ ਸੌਂਦਾ ਹੀ ਉਹ ਮੈਂ ਪ੍ਰਭਾਤ ਫੇਰੀ ਤੇ ਜਾਣਾ ਤੇ ਜਦੋਂ ਸਵੇਰੇ ਵੇਖਦਾ ਧੁੰਦ ਪਈ ਫਿਰ ਮੁੱਕਰ ਜਾਂਦਾ ਕਿਉਂ ਮਨ ਏਦਾਂ ਹੀ ਆ ਠੰਡ ਹੀ ਬੜੀ ਹੋ ਗਈ ਆ ਬਾਹਰ ਕੀ ਜਾਣਾ ਕਰੀਏ ਜਦੋਂ ਸਕੂਲ ਲੱਗ ਗਏ ਫਿਰ ਫਿਰ ਤੇ ਚਲੋਗੀ ਕਿੱਦਾਂ ਲੱਗਣੇ ਸਕੂਲ ਮੇਰੇ ਖਿਆਲ ਨਾਲ ਮੇਰੇ ਲੱਗ ਜਾਣੇ ਆ 4 ਤਰੀਕ ਨੂੰ 4 ਵੀ ਆ ਗਈ ਕਿ ਅੱਜ 28 ਹੋ ਗਈ ਆ ਤੇ ਰਹਿ ਗਏ 5-6 ਦਿਨ ਕਿਉਂ ਕਿਲਵਿਸ਼ ਤੇਰੇ ਕਦੋਂ ਲੱਗਣੇ ਮੇਰੇ ਸਕੂਲ ਬਾਹਰ ਜਾ ਕੇ ਲੱਗਣਗੇ ਇਹਨੂੰ ਵੀ ਬਾਹਰ ਘੱਲ ਦੇਣਾ ਤੂੰ ਕਿਹੜੀ ਕੰਟਰੀ ਜਾਣਾ ਚਾਹੇਗਾ ਦੱਸ ਆਸਟ੍ਰੇਲੀਆ ਜਾਣਾ ਆਸਟ੍ਰੇਲੀਆ ਠੀਕ ਹੈ ਤੇ ਤੂੰ ਵੀ ਆਸਟ੍ਰੇਲੀਆ ਤੂੰ ਵੀ ਆਸਟ੍ਰੇਲੀਆ ਮਨ ਤੂੰ ਮੈਂ ਇੱਧਰ ਹੀ ਤੂੰ ਸਹੀ ਹੈ ਮੇਰੇ ਨਾਲ ਦਾ ਕਿ ਨਹੀਂ ਆਪਾਂ ਆਪਣੇ ਪੰਜਾਬ 'ਚ ਠੀਕ ਹਾਂ ਕਿ ਨਹੀਂ ਇਹਨੂੰ ਕਰਨ ਦੀ ਕੀ ਲੋੜ ਆ ਤੁਸੀਂ ਚੱਲ ਜਾਣਾ ਤੁਸੀਂ ਕਰੀ ਜਾਇਓ ਤੁਸੀਂ ਇਹਨੂੰ ਪਾਈ ਜਾਇਓ ਇਹਦਾ ਖਰਚਾ ਵਰਚਾ ਕਿਉਂ ਮਨ ਕਿਆ ਮੈਨੂੰ ਕਰਨ ਦੀ ਕੀ ਲੋੜ ਆ ਬਸ ਖਰਚਾ ਪਾ ਦਿਆ ਕਰੋ ਮੇਰਾ ਆਹੋ ਹਾਂ ਤੇ ਇਹ ਮੰਮੀਆਂ ਨੂੰ ਇੱਧਰ ਉੱਧਰ ਖੜਨ ਨੂੰ ਦਵਾਈਆਂ ਦਵਾਈਆਂ ਦਵਾਉਣ ਨੂੰ ਘਰ ਛੱਡਣਾ ਹੀ ਪੈਣਾ ਇੱਕ ਅੱਧਾ ਕੀ
रेहड़ी ला दो लाइटा दी क्यों मनु कमाई करनी है ਹੋਰ ਕੀ ਮੈਂ ਤਾਂ ਸੱਚੀ ਖੋਲ੍ਹਣਾ ਮੇਰੇ ਲਈ ਭਾਵੇਂ ਤੁਹਾਨੂੰ ਨਹੀਂ ਖਵਾਇਆ ਕਰਨੇ ਪਰ ਕਿਉਂ ਮਨ ਇਹਨਾਂ ਨੂੰ ਨਹੀਂ ਨਾ ਖਵਾਉਣੀ ਮਨ ਤਾਂ ਆਪ ਹੀ ਵੇਖ ਲਾ ਡਬਲ ਰੋਟੀ ਵਰਗਾ ਇਹਨੂੰ ਜਚਣਾ ਵੀ ਬੜਾ ਵਾ ਬਰਗਰਾਂ ਦਾ ਕੰਮ ਹੈ ਮਨ ਕਿਉਂ ਚੱਲ ਤੂੰ ਖਾਧਾ ਨਹੀਂ ਖਵਾਏਗਾ ਤਾਂ ਸਹੀ ਕਿ ਨਹੀਂ ਮੈਂ ਤਾਂ ਨਾ ਤੁਸੀਂ ਵੀ ਦੋਵੇਂ ਬਾਹਰ ਬੂਰ ਦਾ ਖਹਿੜਾ ਛੱਡੋ ਇੱਥੇ ਕੋਈ ਬਣਾਉਂਦੇ ਰੇੜੀ ਰੇੜੀ ਲਾਉਂਦੇ ਇੱਕ ਜਣਾ ਚਾਂਪਾਂ ਦੀ ਲਾ ਲਏ ਇੱਕ ਬਰਗਰਾਂ ਦੀ ਇੱਕ ਨਿਊਡਲ ਦੀ ਟਿੱਕੀਆਂ ਦੀ ਹੈਂ ਮਜ਼ਾਕ ਨਹੀਂ ਛਦਾਈ ਉਸ ਕੌਮ 'ਚ ਕਮਾਈ ਬੜੀ ਹੁਣ ਹੈਨਾ ਚਲੋ ਮੈਂ ਤਾਂ ਕਰਨਾ ਜ਼ਰੂਰ ਇਹ ਕੰਮ ਭਾ ਪੱਕੀ ਗੱਲ ਜੀ ਦੇਵੀਆਂ ਨੇ ਪੁੱਛ ਲੈਂਦੀ ਇਹਨਾਂ ਕੀ ਕਰਨਾ ਵੇਖੇ ਹੁਣ ਗੱਲਾਂ ਮਾਰਨੀਆਂ ਸੀ ਨਾ ਹੁਣ ਗੁੰਮ ਹੋ ਗਈਆਂ ਕੈਮਰਾ ਵੇਖ ਕੇ ਤੇ ਇਹਨਾਂ ਨੂੰ ਗੱਲ ਆਉਂਦੀ ਨਹੀਂ ਤੇ ਚੱਲ ਤੁਹਾਨੂੰ ਸਵਾਲ ਪੁੱਛ ਲੈਂਦੇ ਹਾਂ ਫੌਜੀ ਸਾਹਿਬ ਕਦੋਂ ਦੇ ਆਏ ਆ ਦੋ ਮਹੀਨੇ ਹੋ ਚੱਲੇ ਆ ਉੱਚੀ ਬੋਲੋ ਦੋ ਮਹੀਨੇ ਹੋ ਚੱਲੇ ਮੈਂ ਕਿਹਾ ਹੁਣ ਕਦੋਂ ਆਉਣਾ ਹੁਣ ਆਉਣਗੇ ਜਨਵਰੀ ਚ ਠੀਕ ਆ ਹੋਰ ਰਵੀ ਨਾਲ ਕੋਈ ਗੱਲ ਕਰਨੀ ਗੱਲ ਉਹਨੇ ਵੇਖਣੀ ਵੀਡੀਓ ਰਵੀ ਨਾਲ ਗੱਲ ਹੁੰਦੀ ਰਹਿੰਦੀ ਵੀਡੀਓ ਕਾਲ ਤੇ ਵੇਖੂਗਾ ਵੀਡੀਓ ਫਿਰ ਵੀਡੀਓ ਕਾਲ 'ਚ ਤਾਂ ਇੱਦਾਂ ਬੜਾ ਫਰਕ ਆ ਵੇਂਦਾ ਵੇਂਦਾ ਬਲੌਗ ਬਾਹਰ ਵੇਂਦਾ ਆ ਕੇ ਚੱਲ ਆ ਵੀ ਵੇਖੂਗਾ ਘਰ ਦਾ ਬਲੌਗ ਵੇਖ ਲੂ ਨਾਲੇ ਘਰ ਵੇਖ ਲੂ ਇਸੇ ਬੜੇ ਉਹ ਤਾਂ ਬੜਾ ਦਿਲ ਕਰਦਾ ਮੈਂ ਆ ਜਾ ਮੈਂ ਇਹ ਤਾਂ ਸਾਲ ਹੀ ਹੋਇਆ ਕੇ ਅਜੇ ਇਹਨੂੰ ਘੱਲਾ ਲਾ ਦੋ ਕੁ ਸਾਲ ਦੋ ਤਿੰਨ ਸਾਲ ਲਾ ਲੈ ਟਾਈਮ ਲੱਗ ਹੀ ਜਾਂਦਾ ਬਾਹਰ ਬੜਾ ਔਖਾ ਭਾ ਘਰ ਛੱਡਣੇ ਸੌਖੇ ਨਹੀਂ ਗਾਣਾ ਨਹੀਂ ਸੁਣਿਆ ਜਿਨ੍ਹਾਂ ਨੂੰ ਛੱਡਣ ਵੇਲੇ ਰੋਏ ਛੱਡ ਦਿਲ ਤੋਂ ਪੁੱਸ ਸੱਜਣਾ ਅਸੀਂ ਕਿਉਂ ਪਰਦੇਸੀ ਹੋਏ ਜਿਹੜੇ ਛੱਡ ਕੇ ਜਾਂਦੇ ਉਹਨਾਂ ਨੂੰ ਵੀ ਦੁੱਖ ਹੁੰਦਾ ਹੈ ਜਿਹੜੇ ਕਰਦੇ ਹੁੰਦੇ ਉਹਨਾਂ ਨੂੰ ਵੀ ਬੜਾ ਹੁੰਦਾ ਕਿੰਨਾ ਚਿਰ ਤੇ ਜੀ ਨਹੀਂ ਹੁੰਦਾ ਚਲੋ ਰਵੀ ਹੁੰਦਾ ਰਵੀ ਜ਼ਿਆਦਾ ਰੌਣਕ ਲਾਉਂਦਾ ਨਾ ਫਿਰ ਬੋਲਦਾ ਇੱਧਰੋਂ ਰਵੀ ਤੇ ਉੱਧਰੋਂ ਨਹੀਂ ਕੰਮਕਾਰ ਬੋਲਦੇ ਕੰਮਕਾਰ ਕਰਨੇ ਹੀ ਪੈਣੇ ਆ ਇੱਥੇ ਤਾਂ ਕੰਮ ਹੈ ਕੋਈ ਨਹੀਂ ਹੁਣ ਕਰੇ ਕੀ ਬੰਦਾ ਚਲੋ ਕੋਈ ਗੱਲ ਨਹੀਂ ਚਲੋ ਚੰਗਾ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਫਿਰ ਮਿਲਾਂਗੇ ਅਗਲੇ ਵਲੌਗ 'ਚ ਬਹੁਤ ਬਹੁਤ ਤੁਹਾਡਾ ਧੰਨਵਾਦ ਆਹੋ ਆਹੋ ਚੰਗਾ ਜੀ ਓਕੇ ਬਾਏ